ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਦੇ ਪਿੰਡਾਂ ਦਾ ਇਤਿਹਾਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਪਿੰਡ ਰਸੂਲਪੁਰ ਕਲਾਂ ਸਥਿਤੀ ਤਹਿਸੀਲ ਅੰਮ੍ਰਿਤਸਰ ਦਾ ਪਿੰਡ ਰਸੂਲਪੁਰ ਕਲਾਂ ਜੀਟੀ ਰੋਡ ਤੇ ਸਥਿਤ ਰੇਲਵੇ ਸਟੇਸ਼ਨ ਬੁਟਾਰੀ ਤੋਂ 6 ਕਿਲੋਮੀਟਰ ਦੂਰ ਹੈ ਇਤਿਹਾਸਕ ਪਸ਼ੋਕੜ ਤੇ ਮਹੱਤਤਾ ਪਿੰਡ ਦੇ ਬਾਹਰ ਇੱਕ ਉੱਚਾ ਥੇ ਹੈ ਇਸ ਥੇ ਉੱਪਰ ਰਸੂਲ ਨਾਮੀ ਰਾਜਪੂਤ ਮੁਸਲਮਾਨ ਦਾ ਕਿਲਾ ਹੁੰਦਾ ਸੀ ਇਸ ਕਿਲੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ ਨੇ ਇੱਥੋਂ ਦੇ ਹੀ ਇੱਕ ਮੁਸਲਮਾਨ ਪੀਰ ਸਖੀ ਸੁਲਤਾਨ ਦੇ ਆਸ਼ੀਰਵਾਦ ਨਾਲ ਫਤਿਹ ਕੀਤਾ ਸੀ ਕਿਲਾ ਫਤਿਹ ਕਰਨ ਸਮੇ ਮਹਾ ਸਿੰਘ ਦੇ ਘਰ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ ਜੋ ਬਾਅਦ ਵਿੱਚ ਪੰਜਾਬ ਦਾ ਮਹਾਰਾਜਾ ਬਣਿਆ ਅੰਗਰੇਜ਼ਾਂ ਦੇ ਸਮੇਂ ਵਿੱਚ ਪਿੰਡ ਦਾ ਬਾਨੀ ਜੋਗਾ ਸਿੰਘ ਪਲਵਾਨ ਬਣਿਆ ਇੱਕ ਅੰਗਰੇਜ਼ ਪਲਵਾਨ ਨੇ ਪਲਵਾਨਾਂ ਨੂੰ ਵੰਗਾਰਿਆ ਅਤੇ ਜੋਗਾ ਸਿੰਘ ਪਲਵਾਨ ਨੇ ਅੰਗਰੇਜ਼ ਨੂੰ ਹਰਾ ਦਿੱਤਾ ਜਿਸ ਦੇ ਫਲ ਸ্বরূপ ਜੋਗਾ ਸਿੰਘ ਨੂੰ ਘੋੜਾ ਫੇਰ ਕੇ ਜ਼ਮੀਨ ਵਲ ਨੂੰ ਕਿਹਾ ਉਸਨੇ 100 ਮਰਬੇ ਜ਼ਮੀਨ ਵਲੀ ਅਤੇ ਪਿੰਡ ਬਣ ਦਿੱਤਾ ਜਿੱਥੇ ਇਹ ਪਿੰਡ ਵਸਿਆ ਉਥੇ ਨਵਾਬ ਰਸੂਲ ਨਾਲ ਸੰਬੰਧਤ 6 ਘਰ ਰਸੂਲੀਏ ਮੁਸਲਮਾਨਾ ਦੇ ਸਨ ਅੰਗਰੇਜ਼ ਨੇ ਉਹਨਾਂ ਨੂੰ ਹੋਰ ਕਿਸੇ ਥਾਂ ਤੇ ਵਸਾ ਦਿੱਤਾ ਪਰ ਰਸੂਲੀਏ ਮੁਸਲਮਾਨਾ ਦੇ ਨਾਂ ਤੇ ਪਿੰਡ ਦਾ ਨਾਂ ਰਸੂਲਪੁਰ ਪੈ ਗਿਆ ਪਿੰਡ ਵਿੱਚ ਜੱਟਾਂ ਦੀ ਗੋਤ ਚਾਹਲ ਹੈ ਕੰਬੋਜ ਖੱਤਰੀ ਰਾਮ ਗੜੀਏ ਰਾਜਪੂਤ ਬ੍ਰਾਹਮਣ 나ਈ ਜਰਜਾਪਤ ਤੇ ਮੱਝਵੀ ਸਿੱਖਾਂ ਦੀ ਵੀ ਪਿੰਡ ਵਿੱਚ ਵਸੋਂ ਹੈ ਪਿੰਡ ਵਿੱਚ ਪੰਜ ਗੁਰਦੁਆਰੇ ਹਨ ਬਾਬਾ ਗੁਰਬਖਸ਼ ਸਿੰਘ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਗੁਰਦੁਆਰਾ ਉਸਰਿਆ ਹੋਇਆ ਹੈ ਬਹੁਤ ਹੀ ਸੁੰਦਰ ਗੁਰਦੁਆਰਾ ਉਸਰਿਆ ਗਿਆ ਹੈ ਪਿੰਡੋਂ ਬਾਹਰਵਾਰ ਰਾਮ ਜੋਗੀ ਪੀਰ ਦੀ ਯਾਦ ਵਿੱਚ ਵੀ ਗੁਰਦੁਆਰਾ ਉਸਾਰਿਆ ਗਿਆ ਹੈ ਪਿੰਡ ਤੋਂ ਥੋੜੀ ਦੂਰ ਇੱਕ ਮੁਸਲਮਾਨ ਪੀਰ ਬਾਬੇ ਸਖੀ ਸੁਲਤਾਨ ਦੀ ਦਰਗਾਹ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਬਲਖੁਰਦ ਸਥਿਤੀ ਤਹਿਸੀਲ ਅੰਮ੍ਰਿਤਸਰ ਦਾ ਪਿੰਡ ਬਲਖੁਰਦ ਅੰਮ੍ਰਿਤਸਰ ਫਤਿਹਗੜ ਚੂੜੀਆਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਹੈ ਇਤਿਹਾਸਿਕ ਵਿਸ਼ੋਕੜ ਤੇ ਮਹੱਤਤਾ ਬਲ ਜੱਟਾਂ ਦਾ ਵਸਾਇਆ ਹੋਇਆ ਇਹ ਪਿੰਡ ਬਲਵਗੜ ਤੋਂ ਆਏ ਦੋ ਭਰਾਵਾਂ ਦਾ ਵਸਾਇਆ ਹੋਇਆ ਹੈ ਤਿੰਨ ਭਰਾਵਾਂ ਨੇ ਬੱਲ ਕਲਾ ਪਿੰਡ ਵਸਾਇਆ ਅਤੇ ਦੋ ਨੇ ਬੱਲ ਖੁਰਦ ਪਿੰਡ ਦੇ ਸਰਦਾਰ ਕਿਸ਼ਨ ਸਿੰਘ ਸਿੰਘ ਸਭਾ ਲਹਿਰ ਦੇ ਮੋਡੀਆਂ ਵਿੱਚੋਂ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਲੇ ਫੇਰੇ ਲੈਣ ਲਈ ਪ੍ਰੇਰਣਾ ਦਿੰਦੇ ਸਨ ਜੇ ਕੋਈ ਬਿਨਾਂ ਫੇਰਿਆਂ ਤੋਂ ਡੋਲੀ ਲੈ ਕੇ ਆਉਂਦਾ ਤਾਂ ਪਹਿਲੇ ਗੁਰੂ ਗ੍ਰੰਥ ਸਾਹਿਬ ਦੁਆਲੇ ਫੇਰੇ ਦਵਾਉਂਦੇ ਸਨ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਪਿੰਡ ਦੇ 20 ਵਿਅਕਤੀ ਕੈਦ ਹੋਏ ਅੰਗਰੇਜ਼ੀ ਰਾਜ ਵੇਲੇ ਪਿੰਡ ਵਿੱਚ ਮਸਜਿਦ ਦਾ ਮੋਰਚਾ ਹੋਇਆ ਇੱਥੇ ਲੋਕ ਮਸਜਿਦ ਨਹੀਂ ਬਣ ਦਿੰਦੇ ਸਨ ਮੁਸਲਮਾਨਾਂ ਨੇ ਸਰਕਾਰੀ ਸਹਾਇਤਾ ਨਾਲ ਮਸਜਿਦ ਬਣਾਈ ਜੋ ਪਿੰਡ ਵਾਸੀਆਂ ਨੇ ਢਾ ਦਿੱਤੀ ਜਿਸ ਤੇ ਕਈ ਪਿੰਡ ਵਾਸੀਆਂ ਨੂੰ ਕੈਦ ਤੇ ਜੁਰਮਾਨਾ ਹੋਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਵੱਲਾ ਸਥਿਤੀ ਪਿੰਡ ਵੱਲਾ ਅੰਮ੍ਰਿਤਸਰ కార్ਪੋਰੇਸ਼ਨ ਦੀ ਹੱਦ ਅੰਦਰ ਆਉਂਦਾ ਹੈ ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਵਾਈਪਾਸ ਤੇ ਵਸਿਆ ਹੋਇਆ ਹੈ ਇਤਿਹਾਸਿਕ ਪਛੋਕੜ ਤੇ ਮਹੱਤਤਾ ਇਸ ਪਿੰਡ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੋਹਲ ਥਾਣਾ ਚਭਾਲ ਦੇ ਦੋ ਭਰਾਵਾਂ ਵੱਲੇ ਤੇ ਮੱਲੇ ਨੇ ਵਸਾਇਆ ਸੀ ਵੱਲੇ ਦੇ ਤਿੰਨ ਪੁੱਤਰ ਵੱਸਨ, ਫੂਲ ਤੇ ਮਲਕ ਸਨ ਅਤੇ ਮੱਲੇ ਦਾ ਸਿਰਫ ਇੱਕ ਪੁੱਤਰ ਸੀ ਇਸ ਕਰਕੇ ਪਿੰਡ ਦਾ ਨਾਂ ਵੱੱਲੇ ਦੇ ਨਾਂ ਤੇ ਹੀ ਪਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਤੋਂ ਸੰਗਤ ਸਮੇਤ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਕਵਾੜ ਬੰਦ ਕਰ ਲਏ ਗੁਰੂ ਜੀ ਕਾਫੀ ਧੀਰ ਉਡੀਕ ਕਰਨ ਤੋਂ ਬਾਅਦ ਪਿੰਡ ਵੱਲੇ ਆ ਗਏ ਇੱਥੇ ਬੀਬੀ ਹਰ ਦੇ ਪਰਿਵਾਰ ਨੇ ਬਹੁਤ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ ਜਿਸ ਸਥਾਨ ਤੇ ਗੁਰੂ ਜੀ 17 ਦਿਨ ਰਹੇ ਉੱਥੇ ਅੱਜਕੱਲ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਕੋਠਾ ਸਾਹਿਬ ਹੈ ਮਾਗਦੀ ਪੁੰਨਿਆਂ ਨੂੰ ਇੱਥੇ ਹਰ ਸਾਲ ਬਹੁਤ ਭਾਰੀ ਮੇਲਾ ਲੱਗਦਾ ਹੈ ਪਿੰਡ ਦੇ ਭਾਈ ਮੂਲਾ ਸਿੰਘ ਨਨਕਾਣੇ ਦੇ ਸਾਕੇ ਵਿੱਚ ਸ਼ਹੀਦ ਹੋਏ ਗੰਗਸਰ ਜੈਤੋ ਦੇ ਮੋਰਚੇ ਵਿੱਚ ਭਾਈ ਦਿਆਲ ਸਿੰਘ ਸ਼ਹੀਦ ਹੋਏ ਜਲਿਆਂ ਵਾਲੇ ਬਾਗ ਦੇ ਸਾਕੇ ਵਿੱਚ ਵੱਲੇ ਦੇ ਗੋਪਾਲ ਸਿੰਘ ਸ਼ਹੀਦ ਹੋਏ ਪਿੰਡ ਦੇ ਹੋਰ ਕਈ ਵਿਅਕਤੀਆਂ ਨੇ ਜੈਤੋ ਦੇ ਮੋਰਚੇ ਗੁਰੂ ਕੇ ਬਾਗ ਦੇ ਮੋਰਚੇ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਕੈਦਾਂ ਗੱਟੀਆਂ ਪਿੰਡ ਵਿੱਚ ਮੱਜ ਵੀ ਸਿੱਖਾਂ ਦੀ ਆਬਾਦੀ ਸਭ ਤੋਂ ਵੱਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮੁਰਾਦਪੁਰ ਸਥਿਤੀ ਤਹਿਸੀਲ ਅੰਮ੍ਰਿਤਸਰ ਦਾ ਪਿੰਡ ਮੁਰਾਦਪੁਰ ਅੰਮ੍ਰਿਤਸਰ ਫਤਿਹਗੜ ਚੂੜੀਆਂ ਸੜਕ ਤੋਂ 1 ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਸਥਿਤ ਹੈ ਇਤਿਹਾਸਿਕ ਵਿਸ਼ੋਕੜ ਤੇ ਮਹੱਤਤਾ ਇਸ ਪਿੰਡ ਦੀ ਮੋੜੀ ਖੋਜਾ ਮੁਰਾਦ ਫਕੀਰ ਨੇ ਰੱਖੀ ਸੀ ਉਸ ਦੀ ਕਬਰ ਪਿੰਡ ਵਿੱਚ ਮੌਜੂਦ ਹੈ ਜਿਸ ਦੀ ਬੜੀ ਮੰਨਤਾ ਹੈ ਇੱਥੇ ਹਾੜ ਦੀ 7ਵੀਂ ਨੂੰ ਮੇਲਾ ਲੱਗਦਾ ਹੈ ਇਸ ਪਿੰਡ ਨੂੰ ਹਕੀਮਾਂ ਵਾਲਾ ਮੁਰਾਦਪੁਰ ਵੀ ਕਿਹਾ ਜਾਂਦਾ ਹੈ ਕਿਉਂਕਿ ਸ਼੍ਰੀ ਗੰਗਾ ਰਾਮ ਤੇ ਉਸ ਦਾ ਭਰਾ ਕਿਰਪਾ ਰਾਮ ਪ੍ਰਸਿੱਧ ਹਕੀਮ ਰਹੇ ਹਨ ਪਿੰਡ ਵਿੱਚ ਜਿਆਦਾ ਵਸੋਂ ਮੱਝ ਵੀ ਸਿੱਖਾਂ ਦੀ ਹੈ ਜੱਟ ਪਿੰਡ ਦੀ ਵਸੋਂ ਦਾ ਤੀਸਰਾ ਹਿੱਸਾ ਹਨ ਕਤਰੀ ਬ੍ਰਾਹਮਣ ਤੇ ਹੋਰ ਜਾਤਾਂ ਚੌਥਾ ਹਿੱਸਾ ਹਨ ਪਿੰਡ ਵਿੱਚ ਤਿੰਨ ਗੁਰਦੁਆਰੇ ਤੇ ਇੱਕ ਪੁਰਾਣਾ ਸ਼ਿਵ ਦਵਾਲਾ ਹੈ ਜਿਸ ਦੇ ਨਾਂ 5 ਏਕੜ ਜ਼ਮੀਨ ਹੈ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਅਕਾਲਗੜ ਟੱਪੀਆਂ ਸਥਿਤੀ ਤਹਿਸੀਲ ਅਮ੍ਰਿਤਸਰ ਦਾ ਪਿੰਡ ਕਾਲਗੜ ਟੱਪੀਆਂ ਅਮ੍ਰਿਤਸਰ ਮਹਿਤਾ ਸ਼ੜਕ ਤੇ ਸਥਿਤ ਰੇਲਵੇ ਸਟੇਸ਼ਨ ਜੰਡਿਆਲਾ ਤੋਂ 3 ਕਿਲੋਮੀਟਰ ਦੂਰ ਸਥਿਤ ਹੈ ਇਤਿਹਾਸਿਕ ਵਿਸ਼ੋਕੜ ਤੇ ਮਹੱਤਤਾ ਪਟਿਆਲੇ ਜ਼ਿਲ੍ਹੇ ਦੇ ਪਿੰਡ λεਹਨ ਤੋਂ ਚਾਰ ਭਰਾ ਤੇ ਇੱਕ ਭੈਣ ਇਸ ਪਾਸੇ ਆ ਗਏ ਉਹਨਾਂ ਵਿੱਚੋਂ ਇੱਕ ਨੇ ਸੈਦੋ λεਹਨ ਦੂਜੇ ਨੇ ਖਜ਼ਾਨਾ ਤੀਜੇ ਨੇ ਚਾਟੀ ਵੈਂਡ ਲਏ ਹਨ ਪੈਨ ਨੇ ਜੀਵਨ ਪੰਧੇਰ ਅਤੇ ਚੌਥੇ ਭਰਾ ਨੇ ਇਸ ਪਿੰਡ ਨੂੰ ਵਸਾਇਆ ਇਹ ਪਿੰਡ ਕਈ ਸਾਲ ਮੀਂਹ ਹੜਾਂ ਕਰਕੇ ਟਹਿ ਜਾਂਦਾ ਰਿਹਾ ਟੱਠ ਜਾਣ ਕਰਕੇ ਇਹ ਬਦਲ ਬਦਲ ਕੇ ਕਈ ਥਾਈਂ ਵਸਾਇਆ ਗਿਆ بار بار ਟਹਿ ਜਾਣ ਕਾਰਨ ਪਿੰਡ ਦਾ ਨਾਂ ਟੱਪੀਆਂ ਟਹਿ ਪਈਆਂ ਰੱਖ ਦਿੱਤਾ ਲੋਕ ਇਸ ਕੁਦਰਤੀ ਕਰੋਪੀ ਤੋਂ ਪਰੇਸ਼ਾਨ ਸਨ ਇੱਕ ਸਾਲ ਧਰਮ ਪ੍ਰਚਾਰ ਕਰਦੇ ਹੋਏ ਟੇਕਾ ਵਡਭਾਗ ਸਿੰਘ ਇਸ ਪਿੰਡ ਵਿੱਚ ਆਏ ਲੋਕਾਂ ਆਪਣੇ ਦੁੱਖ ਦੀ ਵਿਥਿਆ ਸੁਣਾਈ ਅਤੇ ਮਿਹਰ ਕਰਨ ਦੀ ਬੇਨਤੀ ਕੀਤੀ ਉਹਨਾਂ ਇੱਕ ਥੇ ਤੋਂ ਪਿੰਡ ਦਾ ਨਾਂ ਨੀਂ ਪੱਥਰ ਰੱਖ ਕੇ ਅਕਾਲ ਪੁਰਖ ਦੇ ਨਾਂ ਤੇ ਪਿੰਡ ਦਾ ਨਾਂ ਅਕਾਲਗੜ੍ਹ ਰੱਖ ਦਿੱਤਾ ਬਾਅਦ ਵਿੱਚ ਲੋਕ ਇਸ ਪਿੰਡ ਨੂੰ ਅਕਾਲਗੜ੍ਹ ਟੱਪੀਆਂ ਕਹਿਣ ਲੱਗ ਪਏ ਪਿੰਡ ਦੇ ਸਾਰੇ ਜੱਟਾਂ ਦਾ ਗੋਤਲੇਹਣ ਹੈ ਬਾਕੀ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ ਪਿੰਡ ਵਿੱਚ ਚਾਰ ਗੁਰਦੁਆਰੇ ਤੇ ਇੱਕ ਮੰਦਿਰ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ